ਸਤਿ ਸ਼੍ਰੀ ਅਕਾਲ ਪੁੱਤ। ਬਾਪੂ ਇਹ ਸੀਆਰ ਦੀ ਫੈਕਟਰੀ ਕਿਹੜੇ ਪਾਸੇ ਆ? ਇਧਰਲੇ ਪਾਸੇ। ਇਧਰਲੇ ਪਾਸੇ? ਹਾਂ। ਬੈਠੋ ਮੁੰਡਿਓ, ਬੈਠੋ ਬੈਠੋ। ਓਏ ਆ ਬਾਪੂ ਕਿਉਂ ਚੱਕਿਆ? ਸਿਰਫ ਹੱਥ ਪੈਰ ਹੀ ਤੋੜਨੇ ਨੇ, ਜਾਨੋ ਨਹੀਂ ਮਾਰਨਾ। ਚਲੋ ਚਲੋ। ਓਏ ਵੀ ਕਾਕਾ, ਦੱਸ ਕਿਵੇਂ ਆਇਆ? ਟੂਰਨਾਮੈਂਟ ਵਾਲੀ ਪਰਚੀ ਕਟਾਉਣ ਆਇਆ। ਓਏ ਕਿਹੜਾ ਟੂਰਨਾਮੈਂਟ? ਲੱਗਦਾ ਤੂੰ ਗੱਲ ਨੂੰ ਬੜਾ ਸੀਰੀਅਸ ਲੈ ਗਿਆ ਕਾਕਾ। ਓਏ ਪਰਚੀ ਤਾਂ ਆਪਣੇ ਮੁੰਡਿਆਂ ਦੇ ਖਾਣ ਪੀਣ ਲਈ ਹੈ, ਨਾਲੇ ਤਾਂ ਇਹਦੇ ਨਾਲ ਮਾਰਕੀਟ 'ਚ ਠੱਕ ਬਣੀ ਰਹਿੰਦੀ ਹੈ ਅਤੇ ਨਾਲੇ ਨੌ ਬਣਿਆ ਰਹਿੰਦਾ। ਨੌ ਤਾਂ ਹੁਣ ਮੈਂ ਬਣਾਊਂਗਾ। ਇਸ ਲਈ ਤੈਨੂੰ ਮੈਨੂੰ ਰਗੜਨਾ ਪਏਗਾ, ਕਿਉਂਕਿ ਖੰਨੇ ਸ਼ਹਿਰ ਵਿੱਚ ਸੀਆਰ ਸਿਰਫ ਇੱਕ ਹੈ। ਮੈਂ ਖੰਨੇ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਪੰਜਾਬ 'ਚ ਨਾਂ ਬਣਾਉਣ ਦੀ ਗੱਲ ਕਰਦਾ। ਨਾਂ ਬਣਾਉਣ ਲਈ ਲੋਹੇ ਦਾ ਜਿਗਰਾ ਚਾਹੀਦਾ, ਮੌਤ ਨਾਲ ਅੱਖਾਂ 'ਚ ਅੱਖਾਂ ਪਾਉਣੀਆਂ ਪੈਂਦੀਆਂ ਨੇ। ਕਦੇ ਕਿਸੇ ਕੁੱਤੇ 'ਤੇ ਡੰਡਾ ਮਾਰਿਆ? ਕਦੇ ਕਿਸੇ ਪਰਚੇ 'ਚ ਨਾਂ ਬੋਲਿਆ? ਪਰਚੇ ਦਾ ਕਈ ਬੋਲਦੇ ਨੇ, ਆਹ ਠੇਕੇਦਾਰ ਵਾਲਾ ਪਰਚਾ ਕੁਝ ਜ਼ਿਆਦਾ ਹੀ ਬੋਲਦਾ। ਅੱਛਾ ਅੱਛਾ ਅੱਛਾ, ਉਹ ਕਾਂਡ ਤੂੰ ਕੀਤਾ ਸੀ, ਦੱਸ ਕੀ ਚਾਹੀਦਾ? ਮੈਨੂੰ ਸੀਆਰ ਚਾਹੀਦਾ, ਸੀਆਰ ਦਾ ਦਿਮਾਗ ਚਾਹੀਦਾ। ਛੋਟੇ ਭਾਈ, ਕਮਾਲ ਦਾ ਬੰਦਾ ਹੈ ਤੂੰ। ਮੈਂ ਤਾਂ ਸੋਚਿਆ ਸੀ ਤੂੰ ਬੰਦੇ ਮੰਗੇਗਾ, ਹਥਿਆਰ ਮੰਗੇਗਾ, ਤੂੰ ਤਾਂ ਸਿੱਧਾ ਸੀਆਰੇ ਮੰਗ ਲਿਆ। ਸੀਆਰ ਬਾਈ ਜੀ, ਬੜਾ ਨਾਂ ਹੈ ਤੁਹਾਡਾ ਸ਼ਹਿਰ 'ਚ। ਆਪਣੇ ਸ਼ਹਿਰ ਵਿੱਚ ਨਾਂ ਬਣਾਉਣ ਲਈ ਅੱਧੀ ਉਮਰ ਲੰਘ ਜਾਂਦੀ ਹੈ ਅਤੇ ਪੂਰੇ ਪੰਜਾਬ 'ਚ ਨਾਂ ਬਣਾਉਣ ਲਈ ਪੰਜਾਬ ਦੇ ਹਰ ਵੱਡੇ ਬੰਦੇ ਦੀ ਪਿੱਠ ਲਵਾਉਣੀ ਪੈਂਦੀ ਹੈ, ਉਹ ਵੀ ਉਹਦੇ ਘਰ 'ਚ ਵੜ ਕੇ। ਸੀਆਰ ਬਾਈ, ਆਪਣੇ ਪਾਲੇ 'ਚ ਰਹਿ ਕੇ ਤਾਂ ਸਿਰਫ ਗੋਲ ਬਚਾਇਆ ਜਾ ਸਕਦਾ ਹੈ, ਗੋਲ ਠੋਕਣ ਲਈ ਤਾਂ ਦੂਜੇ ਦੇ ਪਾਲੇ 'ਚ ਵੜਨਾ ਹੀ ਪੈਂਦਾ ਹੈ। ਪਟਿਆਲੇ ਵਾਲਾ ਗੋਸ਼ਾ, ਮੋਗੇ ਵਾਲਾ ਬਰਾੜ ਅਤੇ ਲੁਧਿਆਣੇ ਵਾਲਾ ਫੌਜੀ। ਬਾਈ ਤੂੰ ਬਸ ਇਹ ਦੱਸ, ਪਹਿਲਾਂ ਠੋਕਣਾ ਕਿਹੜਾ ਹੈ? ਲੁਧਿਆਣੇ ਵਾਲਾ ਪ੍ਰਾਪਰਟੀ ਡੀਲਰ, ਜੋ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਅਤੇ ਪਲਾਟਾਂ 'ਤੇ ਕਬਜ਼ਾ ਕਰਦਾ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਦਾ। ਯਾਰੀ ਨਾਲ ਜਿਨ੍ਹਾਂ ਦੇ ਪੱਕੀ, ਸਾਰੇ ਫਿਰਦੇ ਅਸਲੇ ਚੱਕੀ। ਦੇਖੋ ਸਾਰੇ ਕੌਣ ਨੇ? ਉਹ ਯਾਰੀ ਨਾਲ ਜਿਨ੍ਹਾਂ ਦੇ ਪੱਕੀ, ਸਾਰੇ ਫਿਰਦੇ ਅਸਲੇ ਚੱਕੀ। ਗੁੱਸਾ ਰਿਹਾ ਸੁਭਾਲ ਕੁੜੇ, ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ, ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਵੈਲੀ ਯਾਰ ਕੁੜੇ। ਬਣਕੇ ਨਾਲ ਤਲਵਾਰਾਂ, ਜਿੰਦੜੀ ਸੱਚੇ ਯਾਰਾਂ ਤੋਂ ਵਾਰਾਂ, ਖੜਦੇ ਬਣਕੇ ਨਾਲ ਤਲਵਾਰਾਂ, ਜਿੰਦੜੀ ਸੱਚੇ ਯਾਰਾਂ ਤੋਂ ਵਾਰਾਂ, ਜਿਨ੍ਹਾਂ ਦੇ ਜਿਗਰੇ ਧਾਰ ਕੁੜੇ, ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ, ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਵੈਲੀ ਯਾਰ ਕੁੜੇ। ਸਿਖਰ ਦੁਪਹਿਰ ਪੌਣੇ, ਵੈਰੀ ਟੱਲੀ ਵਾਂਗ ਖੜਕਾਉਣੇ,
ਹੀ ਪੇਚੇ ਅੱਜ ਮਿੱਤਰਾਂ ਨੇ ਪੂਰੇ ਬਾਰੀ ਟੱਲੀ ਵਾਂਗ ਖੜਕਾਉਣੇ ਖਾਖਾਂ ਦੇਣੀਆਂ ਪਾਰ ਕੁੜੇ ਪੁੱਤ ਜਟਾਂ ਤੇ ਬੈਲੀ ਨੀ ਕਰ ਲਈ ਗਿੱਦੜਾਂ ਨੇ ਅਣਗਹਿਲੀ ਅਣਕੀ ਪੁੱਤ ਜੱਟਾਂ ਦੇ ਬੈਲੀ ਨੀ ਕਰ ਲਈ ਗਿੱਦੜਾਂ ਨੇ ਅਣਗਹਿਲੀ ਜੱਟ ਨੇ ਪੁੱਟ ਤੇ ਝਾੜ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਬੈਲੀ ਯਾਰ ਕੁੜੇ ਲੈ ਬਈ ਡੀਲਰ ਦੀ ਤਾਂ ਕਸਤੀ ਦੌਣ ਹੁਣ ਕਿਹਦੀ ਮੰਜੀ ਠੋਕਣੀ ਆ ਹੁਕਮ ਕਰ ਫਿਰੋਜ਼ਪੁਰ ਵਾਲੇ ਬਰਾੜ ਦੀ ਸ਼ਰਾਬ ਦਾ ਵੱਡਾ ਸਮਗਲਰ ਹੈ ਸਾਲਾ ਬਾਈ ਸੀ ਆਰ ਤਾਂ ਕਹਿੰਦਾ ਸੀ ਉਹ ਆਪਦੀ ਕਾਲੀ ਕਮਾਈ ਚੋਂ ਗਰੀਬ ਕੁੜੀਆਂ ਦੇ ਵਿਆਹ ਕਰਦਾ ਹੋਰ ਵੀ ਪੁੰਨ ਦੇ ਕੰਮ ਕਰਦਾ ਕਈ ਸੁਣਿਆ ਤਾਂ ਬਾਈ ਮੈਂ ਵੀ ਇਹੀ ਹੈ ਉਹਨੂੰ ਰਹਿਣ ਦਿੰਦੇ ਫਿਰ ਐ ਕਰੋ ਜੀਤੇ ਪਟਿਆਲੇ ਗੱਡੀ ਮੁੜ ਪਟਿਆਲੇ ਵਾਲੇ ਗੋਸ਼ੇ ਦੀ ਮੰਜੀ ਠੋਕਦੇ ਆ ਕਿਉਂ ਚੱਲ ਪਟਿਆਲੇ ਚੱਲ ਠੀਕ ਆ ਬਾਈ ਪਟਿਆਲੇ ਵਾਲਾ ਗੋਸ਼ਾ ਗਰੀਬ ਰੇੜੀ ਵਾਲਾ ਤੋਂ ਹਫ਼ਤਾ ਵਸੂਲੀ ਕਰਨ ਲਈ ਤੇ ਸਟੈਂਡਾਂ ਦੀਆਂ ਬੋਲੀਆਂ ਵਿੱਚ ਧੱਕਾ ਕਰਨ ਲਈ ਮਸ਼ਹੂਰ ਹੈ ਪੈਸੇ